ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਉਹ ਸੱਚ ਹੋ ਗਈ ਗੱਲ, ਜਿਹੜੇ ਸੱਜਣ ਮੈਨੂੰ ਕਹਿੰਦੇ ਸੀ ਕਿ ਇੱਥੇ ਨਾ ਤਾਂ ਲੀਚੀ ਲੱਗਣੀ ਅਤੇ ਨਾ ਇੱਥੇ ਇਲਾਚੀ ਲੱਗਣੀ। ਆਹ ਦੇਖੋ ਲੀਚੀ ਲੱਗੀ ਦੀ ਫੋਟੋ ਆਪਾਂ ਤੁਹਾਨੂੰ ਪਹਿਲਾਂ ਵੀ ਪਾਈ ਹੈ, ਵੀਡੀਓ ਵੀ ਪਾਈ ਹੈ, ਅਤੇ ਆਹ ਦੇਖ ਲਓ। ਮੈਂ ਅੱਜ 4-5 ਦਿਨ ਤੋਂ ਦੇਖ ਰਿਹਾ ਸੀ ਵੀ ਹਾਲੇ ਫੁੱਲ ਬਣਿਆ। ਆਹ ਦੇਖ ਲਓ ਲਾਚੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਬਾਈ ਜੀ। ਆਹ ਦੇਖੋ ਲਾਚੀਆਂ ਬਣ ਚੁੱਕੀਆਂ, ਔਰ ਸਾਈਜ਼ ਵੇਖੋ ਤੁਸੀਂ। ਔਰ ਇਹ ਪੂਰੀ ਲੰਬੀ ਬਣੂਗੀ, ਬਸ ਆਹੀ ਕੁਆਲਿਟੀ ਆ ਆਪਣੇ ਕੋਲ। ਸੋ ਅੱਜ ਉਹ ਸੁਪਨਾ ਵੀ ਪੂਰਾ ਹੋ ਗਿਆ ਵੀ ਸ਼ਾਇਦ ਇੱਥੇ ਲਾਚੀ ਲੱਗੇ ਕਿ ਨਾ ਗਰਮ ਏਰੀਆ, ਔਰ ਇਹ ਹੋਟ ਕਲਾਈਮੇਟ 'ਤੇ ਇਹਨਾਂ ਨੂੰ ਬੂਟਿਆਂ ਨੂੰ ਪੈਦਾ ਕੀਤਾ ਗਿਆ। ਸੋ ਥੈਂਕ ਯੂ ਨੀਲਕੰਠ ਦਾ, ਜਿਨ੍ਹਾਂ ਨੇ ਸਾਡਾ ਇੱਥੇ ਨਾਮ ਬਣਾਇਆ। ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਬਣਦਾ, ਚੰਗੇ ਬੂਟੇ ਦਿੰਦੇ ਆ ਸਾਨੂੰ। ਲੀਚੀ ਵੀ ਲੱਗ ਰਹੀ ਹੈ, ਸੇਬ ਵੀ ਲੱਗ ਰਿਹਾ, ਅਤੇ ਆਹ ਦੇਖੋ ਲਾਚੀਆਂ ਵੀ ਲੱਗ ਰਹੀਆਂ। ਸੋ ਆਓ ਇੱਕ ਵਾਰ, ਅਤੇ ਹੁਣ ਵੇਖੋ ਜੇ ਆਪਾਂ ਇਹੋ ਜਿਹੇ ਬੂਟੇ ਲੈਣੇ ਆ ਜਿਨ੍ਹਾਂ ਨੂੰ ਇੱਥੇ ਇੰਨੀ ਗਰਮੀ 'ਚ ਕਾਮਯਾਬ ਹੋਣ ਅਤੇ ਫਰੂਟ ਦੇਣ, ਫਿਰ ਉੱਥੇ ਕੀਮਤ ਨਹੀਂ ਇਹਨਾਂ ਦੀ ਉਹ ਗਿਣੀ ਜਾਂਦੀ। ਸੋ ਵੀਡੀਓ ਅੱਗੇ ਸ਼ੇਅਰ ਕਰਿਓ, ਬਹੁਤ ਬਹੁਤ ਧੰਨਵਾਦ।